ਤਾਰਨ ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਕਰਤਾਰਪੁਰ ਲਾਂਘੇ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਮੌਕੇ 'ਤੇ ਜਿੱਥੇ ਅੱਜ ਇੱਕ ਖਾਸ ਜੱਥਾ ਜਿਹੜਾ ਸੀ ਦਰਬਾਰ ਸਾਹਿਬ ਦਰਸ਼ਨ ਕਰਨ ਦੇ ਲਈ ਗਿਆ ਸੀ, ਉਸ ਜੱਥੇ ਦੇ ਵਿੱਚ ਬਹੁਤ ਸਾਰੇ ਸ਼ਰਧਾਲੂਆਂ ਨੂੰ ਖਾਸ ਤੌਰ ਦੇ ਉੱਤੇ ਵਿਦੇਸ਼ਾਂ ਤੋਂ ਸੱਦਿਆ ਗਿਆ ਸੀ। ਹਰਦਵਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਜਰਮਨੀ ਤੋਂ ਇਹ ਉਸ ਜੱਥੇ ਦੇ ਵਿੱਚ ਸ਼ਾਮਿਲ ਹੋਏ ਸੀ ਜੋ ਕਿ ਦਰਬਾਰ ਸਾਹਿਬ ਦਰਸ਼ਨ ਕਰਕੇ ਆਏ ਨੇ। ਹਰਦਵਿੰਦਰ ਜੀ, ਸਭ ਤੋਂ ਪਹਿਲਾਂ ਦੱਸੋ ਕਿ ਕਿਸ ਤਰੀਕੇ ਮਹਿਸੂਸ ਕਰ ਰਹੇ ਹੋ? ਇੱਕ ਲੰਮੇ ਸਮੇਂ ਤੋਂ ਅਰਦਾਸ ਸੀ ਸਿੱਖਾਂ ਦੀ, ਅੱਜ ਪੂਰੀ ਹੋਈ ਹੈ, ਲਾਂਘਾ ਖੁੱਲ੍ਹਿਆ, ਕੀ ਮਹਿਸੂਸ ਕਰ ਰਹੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਵੀ ਸਾਡੇ ਇੰਨੇ ਲੰਬੇ ਸਮੇਂ ਤੋਂ ਜਿੱਥੇ ਵੀ ਗੁਰੂ ਨਾਨਕ ਲੇਵਾ ਸੀ ਔਰ ਅਰਦਾਸਾਂ ਕਰਦੇ ਸੀਗੇ ਵੀ ਇਹ ਜਿਹੜਾ ਗੁਰਧਾਮਾਂ ਦੇ ਯਾਤਰਾ ਦੇ ਜਿਹੜੇ ਦਰਸ਼ਨ ਦਿਦਾਰੇ ਖੁੱਲ੍ਹੇ ਜਾਣ, ਅਤੇ ਉਹ ਅੱਜ ਸਾਡੀ ਅਸੀਂ ਕਹਿੰਦੇ ਹਾਂ ਵੀ ਸਮੁੱਚੀ ਸਿੱਖ ਕੌਮ ਨੂੰ ਹੀ ਇਸ ਗੱਲ ਦੀ ਵਧਾਈ ਜਾਂਦੀ ਹੈ ਅਤੇ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਅਪਾਰ ਕਿਰਪਾ ਹੋਈ ਆ। ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾ ਹੀ ਜਿੱਦਾਂ ਕੱਲ੍ਹ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਆ, ਅਤੇ ਉਹ ਸਾਂਝੀਵਾਲਤਾ ਦਾ ਉਪਦੇਸ਼ ਸਾਨੂੰ ਇਹ ਨਜ਼ਰ ਆਇਆ ਉੱਥੇ ਜਾ ਕੇ ਵੀ, ਅਤੇ ਜਿਹੜੇ ਉੱਧਰ ਦੇ ਲੋਕ ਸੀਗੇ ਉਹਨਾਂ ਨੇ ਵੀ ਸਾਨੂੰ ਬਹੁਤ ਹੀ ਪਿਆਰ ਦੇ ਨਾਲ ਸਲਾਮਾਂ ਲੇਕਿਨ ਕਹਿਣ ਦੀ ਬਜਾਏ ਸਾਨੂੰ ਉਹਨਾਂ ਨੇ ਫਤਿਹ ਗਜਾ ਬੁਲਾ ਕੇ ਅਤੇ ਸਾਨੂੰ ਸੰਬੋਧਨ ਕੀਤਾ ਉਹਨਾਂ ਨੇ, ਅਤੇ ਬਹੁਤ ਹੀ ਪਿਆਰ ਦਿੱਤਾ। ਅਤੇ ਜਿਹੜਾ ਗੁਰਦੁਆਰਾ ਸਾਹਿਬ ਕਰਤਾਰਪੁਰ ਸੀਗਾ ਉਹਨੂੰ ਅਸੀਂ ਵੇਖ ਕੇ ਬਹੁਤ ਖੁਸ਼ ਹੋਏ। ਉੱਥੇ ਦਾ ਜਿਹੜਾ ਥੋੜ੍ਹੇ ਸਮੇਂ ਦੇ ਵਿੱਚ ਹੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਗੁਰਦੁਆਰਾ ਸਾਹਿਬ ਜਿਹੜਾ ਬਣਾਇਆ ਗਿਆ, ਕਿਉਂਕਿ ਉਹਦੀਆਂ ਤਿੰਨ ਪਾਸੇ ਬਿਲਡਿੰਗ ਬਣਾਈ ਗਈ, ਇੱਕ ਪਾਸਾ ਜਿਹੜਾ ਇੱਧਰ ਬਾਰਡਰ ਰਲਦਾ ਸੀ ਇੰਡੀ ਆਪਣੇ ਕਰਤਾਰਪੁਰ ਦੇ ਲਾਂਘੇ ਤੋਂ, ਉਹ ਪਾਸਾ ਉਹਨਾਂ ਨੇ ਖੁੱਲ੍ਹਾ ਰੱਖਿਆ ਵੀ ਇੱਧਰੋਂ ਦੇਖਣ ਨੂੰ ਦੂਰਬੀਨ ਦੇ ਨਾਲ ਵੀ ਜਿਹੜਾ ਗੁਰਦੁਆਰਾ ਸਾਹਿਬ ਦੇ ਕੋਈ ਵੀ ਬੰਦਾ ਦਰਸ਼ਨ ਕਰ ਸਕਦਾ ਆ। ਅਤੇ ਇਹ ਬਹੁਤ ਵਧੀਆ ਸੋਹਣੀ ਸਾਨੂੰ ਉੱਥੇ ਗੱਲ ਲੱਗੀ ਆ। ਅਤੇ ਉਹਨਾਂ ਨੇ ਬਹੁਤ ਹੀ ਪਿਆਰ ਜਿਹੜਾ ਆ, ਜਿੰਨੀਆਂ ਵੀ ਸੰਗਤਾਂ ਬਾਹਰੋਂ ਵਿਦੇਸ਼ਾਂ ਤੋਂ ਗਈਆਂ ਹੈਗੀਆਂ ਜਾਂ ਇੱਧਰੋਂ ਆਪਣੇ ਹਿੰਦੁਸਤਾਨ ਦੇ ਵਿੱਚੋਂ ਵੀ ਜਿਹੜੇ ਗਏ, ਉਹਨਾਂ ਨੇ ਬਹੁਤ ਹੀ ਪਿਆਰ ਕੀਤਾ। ਅਤੇ ਉਹਨਾਂ ਨੇ ਲੰਗਰ ਦਾ ਵੀ ਇੰਤਜ਼ਾਮ ਪੂਰਾ ਕੀਤਾ ਹੋਇਆ ਸੀ, ਉੱਥੇ ਸਰੋਵਰ ਬਣਾਇਆ ਉਹ ਵੀ ਦੇਖਿਆ, ਅਤੇ ਬਹੁਤ ਹੀ ਦੀਵਾਨ ਹਾਲ ਬਣਾਇਆ ਉਹ ਵੀ ਕਾਫੀ ਵੱਡਾ ਸੀਗਾ, ਅਤੇ ਬਹੁਤ ਹੀ ਸੋਹਣੇ ਨਾਲ ਉੱਪਰ ਲਿਖਿਆ ਹੋਇਆ ਸੀ ਇਕੱਲੀ ਇਕੱਲੀ ਚੀਜ਼ ਦਾ ਵੀ ਤੁਹਾਨੂੰ ਕੋਈ ਮੁਸ਼ਕਲ ਨਹੀਂ ਸੀ ਆ ਰਹੀ ਉਹਦੇ ਵਿੱਚ, ਬਹੁਤ ਹੀ ਚੰਗਾ ਲੱਗਾ। ਅਤੇ ਤੁਸੀਂ ਜਿਹੜੇ ਖਾਸ ਜਥਾ ਵਿਦੇਸ਼ 'ਚ ਸੱਦਿਆ ਗਿਆ, ਤੁਹਾਨੂੰ ਤਾਂ ਹਿੱਸਾ ਬਣਨ ਦਾ ਮੌਕਾ ਮਿਲਿਆ, ਇਸ ਸਬੱਬ ਕਿਵੇਂ ਬਣਿਆ ਇਹਦੇ ਬਾਰੇ ਦੱਸੋ। ਇਹਦੇ ਪਿੱਛੇ ਬਹੁਤ ਲੰਬੀ ਸਟੋਰੀ ਆ। ਮੈਂ ਤਕਰੀਬਨ 86 ਦੇ ਵਿੱਚ ਜਦੋਂ ਸਾਡੇ ਦਰਬਾਰ ਸਾਹਿਬ 'ਤੇ ਅਟੈਕ ਹੋਇਆ ਸੀ, ਉਸ ਦਾ ਜਿਹੜਾ ਸੀ ਉਹ ਸਾਨੂੰ ਦਰਦ ਹੋਇਆ ਸੀ, ਅਤੇ ਉਸ ਦਰਦ ਦੇ ਕਾਰਨ ਫਿਰ ਤੁਹਾਨੂੰ ਪਤਾ ਉਸ ਟਾਈਮ 'ਤੇ ਪੁਲਿਸ ਜਿਹੜੀ ਆ ਬੜੀ ਪਰੇਸ਼ਾਨ ਕਰਦੀ ਸੀਗੀ, ਅਤੇ ਉਹਦੇ ਤੋਂ ਫਿਰ ਉਸ ਤੋਂ ਬਾਅਦ ਬਰਨਾਲੀ ਦੀ ਸਰਕਾਰ ਆਈ, ਸਾਡੀਆਂ ਜ਼ਮਾਨਤਾਂ ਹੋ ਗਈਆਂ, ਅਤੇ ਜ਼ਮਾਨਤਾਂ ਤੋਂ ਬਾਅਦ ਫਿਰ ਅਸੀਂ ਬਾਹਰ ਨਿਕਲ ਗਏ ਸੀਗੇ। ਅਤੇ ਮੇਰਾ ਇਹ ਜਿਹੜਾ ਵੀ ਹੁਣ ਨਵੀਂ ਸਰਕਾਰ BJP ਦੀ ਆਈ ਆ, ਅਤੇ ਇਹਨਾਂ ਨੇ ਜਿਹੜੀਆਂ ਕਾਲੀ ਸੂਚੀ ਜਿਹੜੀ ਆ ਖਤਮ ਕੀਤੀ ਆ, ਉਹਦੇ ਵਿੱਚ ਜਿਹੜਾ ਸਾਨੂੰ ਇੱਥੇ ਆਉਣ ਦਾ ਜਿਹੜਾ ਸਵਾਬ ਪ੍ਰਾਪਤ ਹੋਇਆ, ਅਤੇ ਮੈਂ ਆਪਣੇ ਆਪ ਨੂੰ ਬੜਾ ਵਡਭਾਗਾ ਸਮਝਦਾ, ਕਿਸਮਤ ਵਾਲਾ ਸਮਝਦਾ ਹਾਂ ਕਿ ਉੱਧਰੋਂ ਜਿਹੜਾ ਕੋਰੀਡੋਰ ਖੁੱਲ੍ਹਿਆ ਅਤੇ ਲਾਂਘੇ ਦਾ ਵੀ ਹੋਇਆ ਅਤੇ ਸੰਗਤਾਂ ਦੇ ਦਰਸ਼ਨ ਹੋਏ, ਅਤੇ ਉੱਧਰ ਗੁਰਦੁਆਰਾ ਸਾਹਿਬ ਦੇ ਜਾ ਕੇ ਉੱਥੇ ਦਰਸ਼ਨ ਕੀਤੇ ਆ, ਅਤੇ ਮਨ ਬਹੁਤ ਹੀ ਖੁਸ਼ ਹੋਇਆ। ਅਤੇ ਤੁਸੀਂ ਕਿਸ ਤਰੀਕੇ ਵੇਖਦੇ ਹੋ ਹੁਣ ਇਹ ਦੋ ਮੁਲਕਾਂ ਦੇ ਵਿਚਾਲੇ ਬਾਬੇ ਨਾਨਕ ਦੇ ਜ਼ਰੀਏ ਇੱਕ ਸਾਂਝ ਪੈਣ ਜਾ ਰਹੀ ਹੈ, ਤੁਸੀਂ ਹੁਣ ਭਵਿੱਖ ਦੇ ਵਿੱਚ ਇਸ ਸਾਂਝ ਨੂੰ ਕਿਸ ਤਰੀਕੇ ਵੇਖਦੇ ਹੋ ਕਿ ਇਹ ਅੱਗੇ ਹੋਰ ਅੱਗੇ ਵਧੇਗੀ? ਹਾਂਜੀ, ਅਸੀਂ ਤਕਰੀਬਨ ਅਸੀਂ ਜਰਮਨ ਦੇ ਵਿੱਚ, ਮੈਂ ਇੱਕ ਐਗਜ਼ਾਮਪਲ ਦੇਣੀ ਚਾਹੁੰਦਾ ਹਾਂ ਵੀ ਸਾਡੇ ਦੇਖਦਿਆਂ ਜਦੋਂ ਹਿਟਲਰ ਦੀ ਆਪਾਂ ਇਤਿਹਾਸ ਪੜ੍ਹਦੇ ਹਾਂ, ਅਤੇ ਉਹਨਾਂ ਨੇ ਜਦੋਂ ਜੰਗ ਲੜੀ ਆ ਅਤੇ ਰਸ਼ੀਆ ਨੇ ਅੱਧੀ ਜਰਮਨ ਦੇ ਉੱਪਰ ਕਬਜ਼ਾ ਕਰ ਲਿਆ ਸੀਗਾ, ਜਿਹਨੂੰ ਆਪਾਂ ਈਸਟ ਜਰਮਨ ਕਹਿ ਦਿੰਦੇ, ਉਹਦੇ ਵਿੱਚ ਬਰਲਿਨ ਆਉਂਦਾ ਆ, ਅਤੇ ਉਹ ਕੰਧ ਜਿਹੜੀ ਉਹ ਅਸੀਂ ਆਪਣੇ ਅੱਖੀਂ ਦੇਖੀ ਸੀਗੀ, ਅਤੇ ਉਹ ਜਦੋਂ ਟੱਠੀ ਆ ਉਹ ਵੀ ਅਸੀਂ ਆਪਣੇ ਅੱਖੀਂ ਦੇਖੀ ਆ, ਲੇਕਿਨ ਉਸ ਟਾਈਮ ਦੇ ਉੱਪਰ ਜਿਹੜਾ ਜਰਮਨ ਦਾ ਪ੍ਰੈਜੀਡੈਂਟ ਸੀਗਾ ਹੈਲਮਟ ਕੋਲ,
ਉਹਨੇ ਬਿਲਕੁਲ ਟੇਬਲ ਟੈਕ ਬੈਠ ਕੇ ਉਹਨੇ ਰਸ਼ੀਆ ਗੌਰਮੈਂਟ ਦੇ ਨਾਲ ਕੰਪਰੋਮਾਈਜ਼ ਕਰਕੇ ਜਿਹੜਾ ਹੈ ਵੀ ਇੱਕ ਵੀ ਬੰਦੇ ਦਾ ਉੱਥੇ ਕੋਈ ਕਤਲ ਨਹੀਂ ਹੋਇਆ, ਨਾ ਕੋਈ ਲੜਾਈ ਹੋਣ ਦਿੱਤੀ ਆ, ਉਹਨਾਂ ਨੇ ਬੈਠ ਕੇ ਹੀ ਸਮਝੌਤਾ ਕਰਕੇ ਉਹ ਆਪਣੀ ਧਰਤੀ ਵਾਪਸ ਕਰ ਲਈ ਆ। ਅਤੇ ਅਸੀਂ ਵੀ ਇੱਥੇ ਇਹੋ ਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਇਹਨਾਂ ਸਰਕਾਰਾਂ ਨੂੰ, ਦੋਨੋਂ ਪਾਸਿਆਂ ਦਿਆਂ ਨੂੰ, ਵੀ ਲੜਾਈ ਦੇ ਵਿੱਚ ਕੁਛ ਨਹੀਂ ਰੱਖਿਆ। ਜਿਵੇਂ ਯੂਰਪ ਬਿਲਕੁਲ ਕੋਈ ਬਾਰਡਰ ਨਹੀਂ ਗਾ, ਸਾਰੇ ਪਾਸੇ ਬਿਜ਼ਨਸ ਟੌਪ 'ਤੇ ਚੱਲਦੇ ਆ ਉੱਥੇ ਸਾਰੀਆਂ ਕੰਟਰੀਆਂ ਦੇ, ਅਤੇ ਹਰ ਬੰਦਾ ਹੀ ਉੱਥੇ ਖੁਸ਼ਹਾਲ ਆ। ਅਸੀਂ ਚਾਹੁੰਦੇ ਵੀ ਸਾਡੀ ਵੀ ਇੱਥੇ ਜਿਹੜਾ ਪੰਜਾਬ ਦੇ ਵਿੱਚ ਸਾਡੀ ਕੌਮ ਦੇ ਵਿੱਚ ਜਿਹੜੀ ਖੁਸ਼ਹਾਲੀ ਆਵੇ, ਅਤੇ ਬਾਰਡਰਾਂ ਦੇ ਉੱਪਰ ਜਿਹੜੀ ਲੜਾਈ ਆ ਇਹ ਬੰਦ ਕੀਤੀ ਜਾਵੇ, ਅਤੇ ਜਿਹਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸਾਂਝੀਵਾਲਤਾ ਦਾ ਇਹੋ ਹੀ ਹੋਵੇਗਾ, ਅਤੇ ਉਹ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਕਰਾਉਣਾ ਹੈ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਸ ਰੱਖਦੇ ਹੋਰ ਵੀ ਵਧੀਆ ਸੰਦੇਸ਼ ਦੇਣਗੇ। ਇੱਕ ਮੈਂ ਹੋਰ ਛੋਟੀ ਜਿਹੀ ਗੱਲ ਪੁੱਛਣਾ ਚਾਹੂੰਗਾ, ਕਿੰਨੇ ਕੁ ਸਾਲਾਂ ਬਾਅਦ ਪੰਜਾਬ ਆਉਣ ਦਾ ਇਹ ਸਬੱਬ ਬਣਿਆ, ਕਿੰਨੇ ਕੁ ਸਾਲ ਹੋਏ ਸੀ, ਅਤੇ ਕੀ ਕੁਝ ਬਦਲਿਆ ਹੋਇਆ ਮਹਿਸੂਸ ਹੋ ਰਿਹਾ ਇੱਥੇ, ਕਿ ਕਿੰਨਾ ਕੁ ਬਦਲ ਚੁੱਕਿਆ ਜਦੋਂ ਤੁਸੀਂ ਗਏ? ਮੇਰੇ ਵਾਸਤੇ ਤਾਂ ਬਹੁਤ ਡਿਫਰੈਂਟ ਲੱਗ ਰਿਹਾ। ਮੈਨੂੰ ਕੁਛ ਵੀ, ਮੈਨੂੰ ਆਪਣਾ ਘਰ ਵੀ ਨਹੀਂ ਸੀ, ਮੈਂ ਪਿਛਲੇ ਮਹੀਨੇ ਪਹਿਲੀ ਦਫਾ ਆਇਆ ਜੇ, ਅਤੇ ਆ ਦੁਬਾਰਾ ਅੱਜ ਆਉਣ ਦੀ ਇੱਥੇ ਜਿਹੜੀ ਆ ਸਾਨੂੰ ਪਰਮਿਸ਼ਨ ਹੋਈ ਆ, ਅਤੇ ਉਹਦੇ ਕਰਕੇ ਬਹੁਤ ਡਿਫਰੈਂਟ ਲੱਗ ਰਿਹਾ। ਸਾਨੂੰ ਦੁੱਖ ਆ, ਦਰਦ ਵੀ ਆ, ਵੀ ਜਿਹੜਾ ਇਹ 1984 ਦੇ ਜਿਹੜਾ ਸਾਡੇ 'ਤੇ ਅਟੈਕ ਹੋਇਆ ਸੀਗਾ, ਉਹਦੇ ਨਾਲ ਸਾਡੀ ਨੌਜਵਾਨੀ ਜਿਹੜੀ ਆ ਬਹੁਤ ਖਤਮ ਹੋਈ ਆ, ਉਹਦੇ ਕਰਕੇ ਬਾਹਰ ਚੱਲ ਗਿਆ ਨੌਜਵਾਨ, ਕਾਫੀ ਪਰਿਵਾਰ ਜਿਹੜੇ ਆ ਬਰਬਾਦ ਹੋਏ ਆ। ਅਤੇ ਜੇ ਹੁਣ ਅੱਜ ਦੀ ਹਾਲਾਤ ਨੂੰ ਦੇਖੀਏ, ਹਰ ਬੱਚਾ ਇੱਥੇ ਕਹਿ ਰਿਹਾ ਵੀ ਆਈਲੈਟ ਕਰਕੇ ਬਾਹਰ ਚੱਲ ਜਾਣਾ। ਬਾਹਰ ਜਾ ਕੇ ਵੀ ਮਿਹਨਤ ਬਹੁਤ ਜ਼ਿਆਦਾ ਸਖਤ ਕਰਨੀ ਪੈਂਦੀ ਆ, ਉੱਥੇ ਜਿਸ ਤਰ੍ਹਾਂ ਮਸ਼ੀਨ ਚੱਲਦੀ ਉਸ ਤਰੀਕੇ ਨਾਲ ਬੰਦਾ ਆਪ ਚੱਲਦਾ, ਉੱਥੇ ਤੁਹਾਡੇ ਕੋਲ ਕਦੀ ਵੀ ਕੋਈ ਟਾਈਮ ਨਹੀਂ ਹੁੰਦਾ। ਅਤੇ ਅਸੀਂ ਇੱਥੇ ਦੇਖਦੇ ਹਾਂ ਬੰਦੇ ਵਿਹਲੇ ਆਪਣੇ ਮੋਟਰਸਾਈਕਲਾਂ 'ਤੇ ਤੁਰੇ ਫਿਰਦੇ ਆ, ਅਤੇ ਸਾਡੇ ਕੋਲ ਬਿਲਕੁਲ ਉੱਥੇ ਕਦੀ ਕੋਈ ਕੰਮ ਦੇ ਵਿੱਚ ਟਾਈਮ ਨਹੀਂ ਹੁੰਦਾ। ਅਤੇ ਅਸੀਂ ਆਸ ਕਰਦੇ ਹਾਂ ਵੀ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਪੰਜਾਬ ਜਿੱਦਾਂ ਪਹਿਲਾਂ ਵੱਸਦਾ ਸੀ ਉਸੇ ਤਰੀਕੇ ਨਾਲ ਪੰਜਾਬ ਜਿਹੜਾ ਸਾਡਾ ਖੁਸ਼ਹਾਲ ਵਸਿਆ, ਅਸੀਂ ਉਹਦੇ ਲਈ ਜੋ ਵੀ ਯੋਗਦਾਨ ਪਾ ਸਕੀਏ, ਅਸੀਂ ਬਾਬੇ ਨਾਨਕ ਅੱਗੇ ਅਰਦਾਸ ਕਰਦੇ ਹਾਂ ਵੀ ਸਾਨੂੰ ਉੱਦਮ ਉਪਰਾਲਾ ਦੇਣ, ਅਸੀਂ ਜਿੰਨਾ ਵੀ ਆਪਣੇ ਪੰਜਾਬ ਦੇ ਲਈ, ਆਪਣੇ ਕਮਿਊਨਿਟੀ ਲਈ, ਆਪਣੇ ਧਰਮ ਦੇ ਲਈ ਜੋ ਕੁਛ ਵੀ ਕਰ ਸਕੀਏ, ਅਸੀਂ ਗੁਰੂ ਨਾਨਕ ਦੇ ਆਸਰੇ ਹੀ ਕਰ ਸਕਦੇ ਹਾਂ, ਅਤੇ ਗੁਰੂ ਨਾਨਕ ਸਾਨੂੰ ਇਸ ਗੱਲ ਦਾ ਉਦਮ ਉਪਰਾਲਾ ਦੇਣ ਅਤੇ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਸਕੀਏ। ਲੱਗਦਾ ਲਾਂਘੇ ਨਾਲ ਇਸ ਇਲਾਕੇ ਦੇ, ਖਾਸ ਤੌਰ 'ਤੇ ਜਿਹੜੇ ਸਰਹੱਦੀ ਖੇਤਰ ਦੇ ਲੋਕ ਨੇ, ਉਹਨਾਂ ਦੀ ਜ਼ਿੰਦਗੀ 'ਚ ਇੱਕ ਵੱਡੀ ਤਬਦੀਲੀ ਆਏਗੀ, ਕਿਉਂਕਿ ਇੱਕ ਤਰ੍ਹਾਂ ਦੇ ਨਾਲ ਉਹਨਾਂ ਲਈ ਬੜੇ ਨਵੇਂ ਰਾਹ ਖੁੱਲ੍ਹਣਗੇ ਇਹਦੇ ਨਾਲ? ਹਾਂਜੀ, ਬਹੁਤ ਹੀ ਵਧੀਆ ਲੱਗਾ ਸਾਨੂੰ ਜਿਸ ਤਰੀਕੇ ਦੇ ਨਾਲ ਸਾਡੇ ਨਾਲ ਅੱਜ SP ਅਬਰਾਜ ਸਾਹਿਬ ਆਏ ਆ, ਉਹਨਾਂ ਨੇ ਇਹ ਜਿਹੜਾ ਇੱਕ ਖਿੱਚ ਦਾ ਕੇਂਦਰ ਇੱਕ ਓਂਕਾਰ ਬਣਾਇਆ, ਉੱਪਰ ਬੜੇ ਮੂਲ ਮੰਤਰ ਦਾ ਪਾਠ ਸਾਰਾ ਜਿਹੜਾ ਉਹ ਲਿਖਿਆ ਗਿਆ ਆ। ਇਹ ਬੜਾ ਮੈਂ ਉਸ ਵੇਲੇ ਦਾ ਆ ਕੇ ਇੱਥੇ ਦੇਖ ਰਿਹਾ ਵੀ ਬੜਾ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲਾਂਘਾ ਖੁੱਲ੍ਹਿਆ, ਜਿਸ ਤਰ੍ਹਾਂ ਵਾਹਗੇ ਬਾਰਡਰ ਦੇ ਉੱਪਰ ਲੋਕਾਂ ਨੂੰ ਰੁਜ਼ਗਾਰ ਮਿਲਿਆ, ਇਸ ਇਲਾਕੇ ਦੇ ਵਿੱਚ ਵੀ ਜਿਹੜਾ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਆ ਲੋਕਾਂ ਨੂੰ ਜਿਹੜਾ ਇੱਥੋਂ ਰੁਜ਼ਗਾਰ ਮਿਲੇਗਾ, ਜਿਹਦੇ ਨਾਲ ਆਪਣਾ ਇੱਥੇ ਬਸੇਰਾ ਵਧੀਆ ਕਰ ਸਕਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਧੰਨਵਾਦ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਇਹ ਵਫਦ ਦੇ ਵਿੱਚ ਸ਼ਾਮਲ ਸਰਿੰਦਰ ਸਿੰਘ ਜੀ, ਅਤੇ ਇਹ ਉਹਨਾਂ ਦਾ ਇਹ ਕਹਿਣਾ ਕਿ ਇੱਕ ਵੱਡਾ ਜਿਹੜੀ ਸੀ ਅਰਦਾਸ ਸੀ ਸਿੱਖਾਂ ਦੀ ਜੋ ਕਿ ਪੂਰੀ ਹੋਈ ਹੈ, ਅਤੇ ਉਹਨਾਂ ਨੂੰ ਇਹੀ ਉਮੀਦ ਉਹ ਕਰਦੇ ਨੇ ਕਿ ਇਹ ਲਾਂਘਾ ਜਿਹੜਾ ਇਸੇ ਤਰੀਕੇ ਸੰਗਤ ਦੇ ਲਈ ਖੁੱਲ੍ਹਿਆ ਰਹੇਗਾ, ਅਤੇ ਇਸ ਇਲਾਕੇ ਦੀ ਵੀ ਤਰੱਕੀ ਹੋਏਗੀ, ਅਤੇ ਦੋਵਾਂ ਮੁਲਕਾਂ ਦੇ ਜਿਹੜੇ ਸੰਬੰਧ ਨੇ ਉਹ ਵੀ ਜਿਹੜੇ ਆ ਭਵਿੱਖ ਦੇ ਵਿੱਚ ਹੋਰ ਬਿਹਤਰ ਹੋਣਗੇ। ਜਸ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ, ਮੈਂ ਹਾਂ ਕੁਲਵਿੰਦਰ ਸਿੰਘ, ਅਤੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਅੱਜ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਹੈ ਖੁੱਲ੍ਹ ਚੁੱਕਿਆ ਹੈ, ਅਤੇ ਇੱਕ ਲੰਬੇ ਸਮੇਂ ਦੀ ਅਰਦਾਸ ਸੀ ਸਿੱਖਾਂ ਦੀ ਜੋ ਕਿ ਅੱਜ ਪੂਰੀ ਹੋਈ ਹੈ, ਅਤੇ ਇਸ ਮੌਕੇ ਦੇ ਉੱਤੇ ਇੱਕ ਖਾਸ ਜਿਹੜਾ ਵਫਦ ਸੀ ਉਹ ਵਿਦੇਸ਼ ਤੋਂ ਬੁਲਾਇਆ ਗਿਆ ਸੀ, ਜਿਨ੍ਹਾਂ ਨੇ ਕਿ ਦਰਬਾਰ ਸਾਹਿਬ ਦੇ ਉੱਥੇ ਜਾ ਕੇ ਦਰਸ਼ਨ ਕੀਤੇ ਆ। ਇਹ ਜਿੱਥੇ ਦੇ ਵਿੱਚ ਸ਼ਾਮਲ ਸਨ, ਜੋ ਪਹਿਲਾ ਜਿੱਥਾ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਕਿਹਾ ਗਿਆ ਸੀ। ਕੀ ਨਾਮ ਹੈ ਤੁਹਾਡਾ? ਰਣਜੀਤ ਸਿੰਘ ਢਿੱਲੋਂ। ਰਣਜੀਤ ਸਿੰਘ, ਤੁਸੀਂ ਦੱਸੋ ਕਿ
ਬੜੇ ਲੰਬੇ ਸਮੇਂ ਦੀ ਸਿੱਖਾਂ ਦੀ ਅਰਦਾਸ ਸੀ, ਅੱਜ ਪੂਰੀ ਹੋਈ ਆ, ਕਿਸ ਤਰੀਕੇ ਮਹਿਸੂਸ ਕਰ ਰਹੇ ਹੋ ਤੁਹਾਨੂੰ ਪਹਿਲੇ ਜਿੱਥੇ ਜਾਣ ਦਾ ਮੌਕਾ ਮਿਲੇ? ਹਾਂਜੀ, ਬਹੁਤ ਖੁਸ਼ ਹਾਂ ਜੀ, ਅਸੀਂ ਇਹਦੇ 'ਤੇ ਕੈਨੇਡਾ ਤੋਂ ਆਏ ਅਸੀਂ ਇਸੇ ਕਰਕੇ ਜੀ। ਹਾਂਜੀ, ਅਤੇ ਕਿਸ ਤਰੀਕੇ ਮਹਿਸੂਸ ਹੋਇਆ ਤੁਸੀਂ ਉੱਥੇ? ਬਹੁਤ ਉਹਨਾਂ ਨੇ ਓਵਰਵੈਲਮਿੰਗ, ਬਹੁਤ ਵੈਲਕਮ ਕੀਤਾ ਸਾਨੂੰ ਜੀ, ਸਾਰੇ ਬਹੁਤ ਖੁਸ਼ ਹੋਏ। ਸਰ ਤੁਸੀਂ ਕਿੱਥੋਂ ਆਏ? ਹਾਂ, ਕੈਨੇਡਾ ਤੋਂ ਆਏ ਜੀ, ਬਿੱਲਾ ਸੰਧੂ ਹਾਂ। ਬੜੀ ਖੁਸ਼ੀ ਹੋਈ ਹੈ, ਪਰਮਾਤਮਾ ਨੇ ਸਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਬੜੇ ਖੁਸ਼ ਜੀ। ਤੁਹਾਨੂੰ ਕੀ ਲੱਗਦਾ ਹੈ ਕਿ ਇੰਨੇ ਲੰਬੇ ਸਮੇਂ ਦੀ ਅਰਦਾਸ ਸੀ, ਪੂਰੀ ਹੋਈ ਹੈ, ਕਿਹਨੂੰ ਸਿਹਰਾ ਜਾਂਦਾ ਹੈ, ਕਿਸ ਸਿਹਰਾ ਦੇਣਾ ਚਾਹੁੰਦੇ? ਹਾਂ, ਮੈਂ ਤਾਂ ਕਹਿੰਦਾ ਜੀ ਸਾਰੀ ਸੰਗਤ ਨੂੰ ਸਿਹਰਾ ਆ। ਗੁਰੂ ਨਾਨਕ ਦੇਵ ਜੀ ਨੇ ਆਪ ਦਰਵਾਜ਼ੇ ਖੋਲ੍ਹ ਕੇ ਬਖਸ਼ਿਸ਼ਾਂ ਕੀਤੀਆਂ ਆ ਔਰ ਅਰਦਾਸਾਂ ਲੱਗੀਆਂ। ਅਤੇ ਹੋਰ ਵੀ ਸਾਡੇ ਨਾਲ ਇੱਥੇ ਸ਼ਰਧਾਲੂ ਮੌਜੂਦ ਨੇ ਜੀ, ਜਿਹੜੇ ਜੱਥੇ ਦੇ ਵਿੱਚ ਸ਼ਾਮਿਲ ਸਨ, ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਂ ਰਣਜੀਤ ਸਿੰਘ ਵਾ ਅਤੇ ਅਸੀਂ ਨਿਊਯਾਰਕ ਅਮਰੀਕਾ ਤੋਂ ਆਏ ਹਾਂ, ਜਿੱਥੇ ਜਸ ਪੰਜਾਬੀ ਦਾ ਹੈੱਡਕੁਆਟਰ ਤੁਹਾਡਾ ਜੀ। ਅਤੇ ਅਸੀਂ ਜਸ ਪੰਜਾਬੀ ਦਾ ਵੀ ਧੰਨਵਾਦ ਕਰਦੇ ਹਾਂ ਜਿਹੜਾ ਸਾਰੇ ਇਹੋ ਜਿਹੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਆ। ਅਤੇ ਕਿਸ ਤਰੀਕੇ ਦਾ ਤੁਹਾਡਾ ਤਜ਼ਰਬਾ ਰਿਹਾ, ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰਕੇ ਆਏ ਹੋ, ਕਿਸ ਤਰੀਕੇ ਉੱਥੇ ਪਾਕਿਸਤਾਨ ਦੀ ਸਰਕਾਰ ਨੇ ਪ੍ਰਬੰਧ ਕੀਤੇ ਸੀ, ਕੀ ਮਹਿਸੂਸ ਹੋਇਆ ਤੁਹਾਨੂੰ? ਬੇਨਤੀ ਹੈ ਜੀ ਵੀ ਦੋਵਾਂ ਸਰਕਾਰਾਂ ਦੇ ਬਹੁਤ ਵਧੀਆ ਪ੍ਰਬੰਧ ਸੀ, ਦੋਵਾਂ ਸਰਕਾਰਾਂ ਨੇ ਬਹੁਤ ਸਤਿਕਾਰ ਦਿੱਤਾ। ਬਾਕੀ ਮਨ ਬਹੁਤ ਖੁਸ਼ ਹੋਇਆ ਕਿਉਂਕਿ ਬਚਪਨ ਤੋਂ ਲੱਗ ਕੇ ਅਰਦਾਸਾਂ ਕੀਤੀਆਂ ਅਤੇ ਸੁਣੀਆਂ, ਮਨ ਦੀ ਭਾਵਨਾ ਸੀ ਵੀ ਕਰਤਾਰਪੁਰ ਸਾਹਿਬ ਦੇ ਗੁਰੂ ਨਾਨਕ ਸਾਹਿਬ ਦੇ ਜਿੱਥੇ ਪਵਿੱਤਰ ਚਰਨ ਪਏ ਆ, ਜਿੱਥੇ ਗੁਰੂ ਸਾਹਿਬ ਜੀ ਵਿਚਰਦੇ ਰਹੇ, ਉਹਨਾਂ ਦੇ ਦਰਸ਼ਨ ਕਰੀਏ। ਅੱਜ ਆਪਣੇ ਆਪ ਨੂੰ ਉਹਨਾਂ ਸ਼ਬਦਾਂ ਵਿੱਚ ਲਫਜ਼ ਨਹੀਂ ਅਸੀਂ ਦੱਸ ਸਕਦੇ ਵੀ ਅਸੀਂ ਕਿੰਨੇ ਖੁਸ਼ ਹਾਂ ਵੀ ਅੱਜ ਉਸ ਧਰਤੀ ਨੂੰ ਜਾ ਕੇ ਨਮਸਤਕ ਹੋਏ ਅਸੀਂ। ਮੈਨੂੰ ਲੱਗਦਾ ਕਿ ਉਸ ਇਲਾਕੇ ਲਈ ਜਿੱਥੋਂ ਡੇਰਾ ਬਾਬਾ ਨਾਨਕ 'ਤੇ ਸ਼ੁਰੂਆਤ ਹੋਈ ਹੈ, ਸਰਹੱਦੀ ਖੇਤਰ ਸੀ, ਬਹੁਤ ਪਛੜਿਆ ਵੀ ਹੋਇਆ ਸੀ, ਤੁਹਾਨੂੰ ਲੱਗਦਾ ਕਿ ਇਸ ਨਵੀਂ ਸ਼ੁਰੂਆਤ ਨਾਲ ਉਸ ਇਲਾਕੇ ਦੇ ਜਿਹੜੇ ਲੋਕ ਨੇ ਉਹਨਾਂ ਦੀ ਜ਼ਿੰਦਗੀ 'ਤੇ ਵੀ ਇੱਕ ਵੱਡੀ ਤਬਦੀਲੀ ਆਏਗੀ ਇਸ ਨਾਲ? ਬੇਨਤੀ, ਜਿਹੜਾ ਸਭ ਤੋਂ ਪਹਿਲਾਂ ਪਿੰਡ ਉੱਥੇ ਅਸੀਂ ਵੇਖਿਆ, ਉਹ ਸਾਨੂੰ ਇਉਂ ਲੱਗਿਆ ਵੀ ਉਹ ਗਰੀਬੀ ਵਾਲਾ ਪਿੰਡ ਸੀਗਾ, ਕਿਉਂਕਿ ਉਹ ਮਕਾਨ ਜਿਹੜੇ ਨਾ ਉਹ ਇੱਟਾਂ ਦੇ ਜ਼ਰੂਰ ਸੀਗੇ ਅਤੇ ਪਰ ਕੋਈ ਪਲਸਤਰ ਜਾਂ ਕੋਈ ਕੋਠੀਆਂ ਕਾਠੀਆਂ ਨਹੀਂ। ਪਰ ਹੁਣ ਜਦੋਂ ਰੋਜ਼ਾਨਾ ਉੱਥੇ ਸੰਗਤ ਜਾਊਗੀ, ਉੱਥੇ ਵਪਾਰ ਵਿੱਚ ਵੀ ਵਾਧਾ ਹੋਊਗਾ ਅਤੇ ਉੱਥੇ ਦੀਆਂ ਜ਼ਮੀਨਾਂ ਵੀ ਮਹਿੰਗੀਆਂ ਹੋਣਗੀਆਂ ਅਤੇ ਲੋਕ ਜਿਹੜੇ ਖੁਸ਼ਹਾਲ ਹੋਣਗੇ। ਸਰ ਤੁਹਾਡਾ ਕੀ ਨਾਂ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਹਰਬੰਸ ਸਿੰਘ ਢਿੱਲੋਂ ਆ ਅਤੇ ਨਿਊਯਾਰਕ ਸਿਟੀ ਤੋਂ ਅਸੀਂ ਇੱਥੇ 550 ਸਾਲਾਂ ਬਾਬੇ ਨਾਨਕ ਦਾ ਗੁਰਪੁਰਬ ਮਨਾਉਣ ਵਾਸਤੇ ਇੰਡੀਆ ਆਏ। ਕਿਸ ਤਰੀਕੇ ਮਹਿਸੂਸ ਕਰ ਰਹੇ ਹੋ ਤੁਸੀਂ ਪਹਿਲੇ ਜਿੱਥੇ 'ਚ ਗਏ ਸੀ, ਕਿਵੇਂ ਦਾ ਮਹਿਸੂਸ ਹੋਇਆ, ਇਸ ਇਤਿਹਾਸਿਕ ਪਲ ਦਾ ਤੁਸੀਂ ਹਿੱਸਾ ਬਣੇ ਹੋ? ਬਹੁਤ ਵੱਡੀ ਖੁਸ਼ੀ ਆ, ਜਦੋਂ ਇੱਧਰਲੇ ਵੀ ਅਸੀਂ ਸਾਰੇ ਇਕੱਠੇ ਹੋ ਕੇ ਜਿਹੜਾ ਤਕਰੀਬਨ ਕੋਈ 98 ਜਿਹੜੇ ਸਿੰਘ ਆ ਉਹ ਬਾਹਰਲੀਆਂ ਮਤਲਬ ਕੰਟਰੀਆਂ ਤੋਂ ਆਏ ਸੀ, ਸਾਰੇ ਇਕੱਠੇ ਹੋ ਕੇ ਇੱਧਰਲੀ ਗੌਰਮੈਂਟ ਨੇ ਵੀ ਅਤੇ ਪਾਕਿਸਤਾਨ ਦੀ ਗੌਰਮੈਂਟ ਨੇ ਵੀ, ਦੋਨਾਂ ਗੌਰਮੈਂਟਾਂ ਨੇ ਰਲ ਕੇ ਜਿਹੜਾ ਇਹ ਰਸਤਾ ਬਾਬੇ ਨਾਨਕ ਦਾ ਗੁਰਪੁਰਬ 'ਤੇ ਖੋਲ੍ਹਿਆ, ਇਹ ਸਾਰੇ ਸਿੱਖਾਂ ਨੂੰ ਇੰਨੀ ਜ਼ਿਆਦਾ ਖੁਸ਼ੀ ਆ ਵੀ ਜਿੱਦਾਂ ਅੱਜ ਅਸੀਂ ਜਦੋਂ ਪਾਕਿਸਤਾਨ ਦੇ ਵਿੱਚ ਵੜੇ ਹਾਂ ਉਹਨਾਂ ਨੇ ਸਾਡਾ ਐਡਾ ਭਰਮਾ ਸਵਾਗਤ ਕੀਤਾ ਜਿੱਦਾਂ ਕੋਈ ਬਹੁਤ ਸਦੀਆਂ ਤੋਂ ਬੰਦਾ ਵਿਛੜਿਆ ਇੱਕ ਦੂਜੇ ਨੂੰ ਮਿਲਿਆ ਹੋਵੇ, ਬੜਾ ਪਿਆਰ ਕੀਤਾ। ਅਸੀਂ ਇਸ ਵੇਲੇ ਜਿਹੜੀ ਸਿੱਖਾਂ ਦੀ ਸਭ ਤੋਂ ਦੂਜੀ ਵੱਡੀ ਮੰਗ ਆ ਇਹ ਆ ਵੀ ਜਿੰਨੇ ਵੀ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਆ ਸਾਡੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦੀ ਬੋਰਨ ਉੱਤੇ ਹੋਏ ਹਨ, ਇਸ ਕਰਕੇ ਅਸੀਂ ਸਾਰੇ ਸਿੱਖ ਪੂਰੇ ਵਰਲਡ ਦੇ ਚਾਹੁੰਦੇ ਹਾਂ ਵੀ ਅਸੀਂ ਪਾਕਿਸਤਾਨ ਦੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰੀਏ ਜਿੱਦਾਂ ਅਸੀਂ ਕਰਤਾਰਪੁਰ ਸਾਹਿਬ ਦੇ ਅੱਜ ਦਰਸ਼ਨ ਕਰਕੇ ਆਏ ਹਾਂ। ਬੜੀ ਖੁਸ਼ੀ ਵਾਲੀ ਗੱਲ ਆ, ਬਾਕੀ ਸਾਰੀ ਦੁਨੀਆ ਦੇ ਵਿੱਚ ਅਸੀਂ ਇਹ ਮੈਸੇਜ ਵੀ ਦੇਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਜਸ ਪੰਜਾਬੀ ਵੀ ਇਹ ਸਾਡੇ ਹੋਮ ਸਟੇਟ ਆ ਜਿੱਥੇ ਜਸ ਪੰਜਾਬੀ ਦਾ ਹੈੱਡਕੁਆਟਰ ਆ,
ਜਸ ਪੰਜਾਬੀ ਵੀ ਬਹੁਤ ਸਿੱਖੀ ਲਈ ਕੰਮ ਕਰਦਾ ਅਤੇ ਸਿੱਖੀ ਦਾ ਜਿਹੜਾ ਸੁਨੇਹਾ ਉਹ ਪੂਰੇ ਵਰਲਡ ਦੇ ਵਿੱਚ ਪਹੁੰਚਾਉਂਦਾ। ਇਸ ਵੇਲੇ ਜਿਹੜਾ ਸਭ ਤੋਂ ਵੱਡਾ ਕੰਮ ਆ, ਜਿੱਦਾਂ ਸਾਡੇ ਬਾਬੇ ਨਾਨਕ ਦਾ ਮੈਸੇਜ ਸੀ, ਦੋ ਜੋ ਸ਼ਾਂਤੀ ਦਾ ਦਸਾਂ ਨੌਵਾਂ ਦੀ ਕਮਾਈ ਦਾ, ਇਹ ਜਿਹੜੇ 550 ਗੁਰਪੁਰਬ 'ਤੇ ਸਾਡਾ ਸਾਰੀ ਦੁਨੀਆ ਨੂੰ ਮੈਸੇਜ ਇਹ ਦੇਣਾ ਬਈ ਦਸਾਂ ਨੌਵਾਂ ਦੀ ਕਮਾਈ ਕਰੋ ਅਤੇ ਵੰਡ ਕੇ ਛਕੋ ਅਤੇ ਦੁਨੀਆ 'ਤੇ ਕਦੀ ਵੀ ਕਿਸੇ ਦਾ ਬੁਰਾ ਨਾ ਸੋਚੋ, ਜੋ ਬਾਬੇ ਨਾਨਕ ਨੇ ਕਿਹਾ ਸੀ ਇਸ ਦੁਨੀਆ ਵਾਸਤੇ ਭਲਾਈ ਦੇ ਸਾਰੇ ਕੰਮ ਕਰਨ ਵਾਸਤੇ, ਗੁਰਬਾਣੀ ਨੂੰ ਪੜ੍ਹਨਾ ਅਤੇ ਗੁਰਬਾਣੀ ਨੂੰ ਪੜ੍ਹ ਕੇ ਉਹ 'ਤੇ ਵਿਚਾਰਨਾ ਅਤੇ ਦੁਨੀਆ ਨੂੰ ਦੱਸਣਾ ਸਾਡੇ ਗੁਰੂ ਵਿੱਚ, ਗੁਰੂ ਗ੍ਰੰਥ ਸਾਹਿਬ ਵਿੱਚ ਕੀ ਲਿਖਿਆ। ਇਹ ਬਹੁਤ ਵੱਡਾ ਸਾਡਾ ਇਤਿਹਾਸ ਆ ਜਿਹੜਾ ਅਸੀਂ ਸਾਰੀ ਦੁਨੀਆ ਨੂੰ ਅੱਜ ਤੱਕ ਨਹੀਂ ਦੱਸ ਸਕੇ, ਪਰ ਅੱਗੇ ਜਿੱਦਾਂ ਅਸੀਂ ਬਹੁਤ ਵੱਡੇ, ਮਤਲਬ ਜਿਹੜਾ 550 ਬਾਬੇ ਨਾਨਕ ਦਾ ਪੂਰੇ ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਮੇਰੇ ਖਿਆਲ ਮੋਰ ਦੈਨ 200 ਕੰਟਰੀ ਆ ਜਿੱਥੇ ਬਾਬੇ ਨਾਨਕ ਦਾ ਗੁਰਪੁਰਬ ਮਨਾਇਆ ਜਾ ਰਿਹਾ। ਸਾਰੇ ਸਿੱਖਾਂ ਨੂੰ ਬਹੁਤ ਖੁਸ਼ੀ ਆ, ਅਸੀਂ ਪਰਮਾਤਮਾ ਅੱਗੇ ਇਸ ਤਰ੍ਹਾਂ ਅਰਦਾਸ ਕਰਦੇ ਹਾਂ, ਸਿੱਖਾਂ ਦੀ ਚੜ੍ਹਦੀ ਕਲਾ ਰਹੇ ਅਤੇ ਪੂਰੇ ਵਰਲਡ ਦੇ ਵਿੱਚ ਸਿੱਖਾਂ ਦਾ ਨਾਂ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜੀ, ਅਤੇ ਬਹੁਤ ਜਿਹੜੀ ਹੈ ਖੁਸ਼ੀ ਵੀ ਹੈ, ਕਿਉਂਕਿ ਇਤਿਹਾਸਿਕ ਪਲ ਹੈ ਅਤੇ ਉਸਦਾ ਜਦੋਂ ਤੁਸੀਂ ਹਿੱਸਾ ਬਣਦੇ ਹੋ ਤਾਂ ਤੁਹਾਡੇ ਲਈ ਵੀ ਇੱਕ ਕਿਤੇ ਨਾ ਕਿਤੇ ਯਾਦਗਾਰੀ ਪਲ ਜਿਹੜੇ ਨੇ ਉਹ ਬਣ ਜਾਂਦੇ ਨੇ। ਹੋਰ ਸੰਗਤ ਨਾਲ ਗੱਲ ਕਰਦੇ, ਸਰ ਤੁਹਾਡਾ ਕੀ ਨਾਂ ਜੀ? ਮੇਰਾ ਨਾਂ ਦਲਵੀਰ ਸਿੰਘ ਹੈ ਜੀ, ਮੈਂ ਆਸਟ੍ਰੇਲੀਆ ਸਿਡਨੀ ਤੋਂ ਆਇਆ ਅਤੇ ਸਿਡਨੀ ਇੰਡੀਅਨ ਹਾਈ ਕਮਿਸ਼ਨਰ ਨੇ ਮੇਰਾ ਲੋਜਿਸਟਿਕ ਅਰੇਂਜਮੈਂਟ ਕੀਤਾ ਇੱਥੇ ਭੇਜਣ ਦਾ। ਮੈਨੂੰ ਫਰੀ ਟਿਕਟ ਉਹਨਾਂ ਨੇ ਆਉਣ ਜਾਣ ਦੀ ਦਿੱਤੀ ਹੈ, ਇੰਡੀਅਨ ਅੰਬੈਸੀ ਨੇ, ਅਤੇ ਫਰੀ ਬੋਰਡਿੰਗ ਲੋਜਿੰਗ ਦਿੱਤਾ, ਅਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਅਤੇ ਮੈਂ ਗੁਰੂ ਸਾਹਿਬ ਦੇ 550ਵੇਂ ਜਨਮ ਦਿਨ ਦੇ ਵਿੱਚ ਸ਼ਾਮਿਲ ਹੋ ਹੋਣਾ ਆਪਣਾ ਅਟੁੱਟ ਭਾਗਾ ਸਮਝਦਾ, ਅਤੇ ਮੈਂ ਬੜੀ ਚੰਗੀ ਤਰ੍ਹਾਂ ਜਿਹੜਾ 500 ਸਾਲਾ ਆਇਆ ਸੀਗਾ ਅੰਮ੍ਰਿਤਸਰ ਵਿੱਚ, ਵੱਡੇ ਪੈਮਾਨੇ 'ਤੇ ਮਨਾਇਆ ਗਿਆ ਸੀ, ਮੈਂ ਉਹ ਵੀ ਬੜੇ ਖੁੱਲ੍ਹੇ ਤਰੀਕੇ ਨਾਲ ਵਿਹਲੇ ਟਾਈਮ 'ਚ ਪਾਰਟੀਸਪੇਟ ਕੀਤਾ ਸੀ। ਉਸ ਟਾਈਮ ਬੜੇ ਇਤਿਹਾਸਿਕ ਮੀਲ ਪੱਥਰ ਹੋਏ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਗੁਰੂ ਨਾਨਕ ਦੇਵ ਹਸਪਤਾਲ, ਗੁਰੂ ਨਾਨਕ ਸਟੇਡੀਅਮ, ਗੁਰੂ ਨਾਨਕ ਭਵਨ ਆਡੀਟੋਰੀਅਮ, ਗੁਰੂ ਨਾਨਕ ਨਿਵਾਸ, ਲਗਭਗ 30 ਦਰਜਨ ਅਦਾਰੇ ਜਿਹੜੇ ਹੈ ਉਸ ਸਮੇਂ ਹੋਂਦ 'ਚ ਆਏ ਸੀ ਅੰਮ੍ਰਿਤਸਰ ਸਿਟੀ 'ਚ, ਬਾਕੀ ਵੀ ਪੰਜਾਬ ਦੇ ਸਾਰੇ ਥਾਵਾਂ 'ਤੇ ਆਏ ਸੀ। ਅਤੇ ਅੰਮ੍ਰਿਤਸਰ ਨੂੰ ਗੁਰੂ ਸਾਹਿਬ ਦੇ 500 ਸਾਲਾ ਜਨਮਦਿਨ ਦੀ ਵੀ ਬਹੁਤ ਵੱਡੀ ਦੇਣ ਸੀ, ਅਤੇ ਹੁਣ ਤਾਂ ਕਹਿਣੇ ਕੀ ਆ, ਹੁਣ ਜਿਹੜਾ ਦੋਨਾਂ ਸਰਕਾਰਾਂ ਨੇ ਆਪਸ ਵਿੱਚ ਇਹ ਇਸ ਮਸਲੇ ਨੂੰ ਜਿੱਠ ਕੇ ਇੰਨੀ ਟੈਨਸ਼ਨ ਹੋਣ ਦੇ ਬਾਵਜੂਦ ਵੀ ਇਹਨੂੰ ਸਿਰੇ ਚਾੜਿਆ, ਉਹ ਇੰਨੇ ਸ਼ਾਰਟ ਟਾਈਮ 'ਚ, ਮਤਲਬ 8-10 ਮਹੀਨੇ 'ਚ ਜਾਂ ਵੱਧ ਤੋਂ ਵੱਧ 12 ਮਹੀਨੇ ਦੇ ਵਿੱਚ ਵਿੱਚ ਤਾਂ ਆਪਣੇ ਘਰ ਦੀ ਰੈਨੋਵੇਸ਼ਨ ਨਹੀਂ ਹੁੰਦੀ, ਐਡੇ ਵੱਡੇ ਪੁਲ, ਐਡੇ ਵੱਡੇ ਸਟੇਡੀਅਮ, ਐਡਾ ਵੱਡਾ ਕਰਤਾਰਪੁਰ ਸਾਹਿਬ ਦਾ ਜਿਹੜਾ ਗੁਰਦੁਆਰਾ ਹੈ, ਮੇਰਾ ਖਿਆਲ ਆ ਕਿ ਵਰਲਡ ਵਿੱਚ ਸਭ ਤੋਂ ਲਾਰਜ ਏਰੀਆ ਉਹ ਜਿਹੜਾ ਸੰਗਮਰਮਰ ਨਾਲ ਸਜਾਇਆ ਗਿਆ ਅਤੇ ਜਿਹੜਾ ਡਿਵੈਲਪ ਕੀਤਾ ਗਿਆ। ਅਤੇ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਦੋਨਾਂ ਹੀ ਸਰਕਾਰਾਂ ਦਾ, ਅਤੇ ਮੈਂ ਚਾਹੁੰਦਾ ਹਾਂ ਕਿ ਇਹ ਠੀਕ ਹੈ ਕਿ ਕਰਤਾਰਪੁਰ ਸਾਹਿਬ ਦੇ ਸਾਨੂੰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਪਰ ਸਾਡੀ ਅਰਦਾਸ ਤਾਂ ਸਮੂਹ ਗੁਰਧਾਮ ਵਿਛੜੇ ਜਿਹੜੇ ਆ ਨਾ, ਉਹ ਉਹਨਾਂ ਨੇ ਦਰਸ਼ਨ ਦਿਦਾਰੇ ਖੁੱਲ੍ਹੇ ਦੀ ਅਰਦਾਸ ਹੈ ਨਾ, ਇਕੱਲੇ ਕਰਤਾਰਪੁਰ ਦੀ ਅਰਦਾਸ ਹੈ। ਹਾਂ, ਇਸੇ ਤਰ੍ਹਾਂ ਹੀ ਸਾਰੇ ਹੀ ਗੁਰਧਾਮ ਜਿਹੜੇ ਖਾਲਸਾ ਪੰਥ ਤੋਂ ਵਿਛੜੇ ਗਏ ਉਹਨਾਂ ਨੂੰ ਖਾਲਸਾ ਪੰਥ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਗੁਰੂ ਸਾਹਿਬ ਕਰਵਾਉਣ, ਅਤੇ ਫਿਰ ਸਾਡੀ ਅਰਦਾਸ ਜਿਹੜੀ ਹੈ ਨਾ ਫਿਰ ਸੰਪੂਰਨ ਹੋਏ। ਬਿਲਕੁਲ ਜੀ, ਹਰ ਵਾਰ ਅਰਦਾਸ ਦੇ ਵਿੱਚ ਅਸੀਂ ਇਹ ਜ਼ਰੂਰ ਅਰਦਾਸ ਮਹਾਰਾਜ ਨੂੰ ਕਰਦੇ ਹਾਂ ਕਿ ਜੋ ਵਿਛੜੇ ਹੋਏ ਨੇ ਗੁਰੂ ਧਾਮ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣੇ ਚਾਹੀਦੇ ਨੇ, ਅਤੇ ਗੁਰੂ ਸਾਹਿਬ ਨੇ ਉਸ ਨੂੰ ਪ੍ਰਵਾਨ ਵੀ ਕੀਤਾ ਹੈ। ਸ਼ੁਰੂਆਤ ਹੋ ਗਈ ਉਹਦੀ ਅਰਦਾਸ ਦੀ, ਸ਼ੁਰੂਆਤ ਹੋ ਗਈ, ਇੱਕ ਗੁਰੂ ਧਾਮ ਦੇ ਦਰਸ਼ਨ ਸਾਨੂੰ ਖੁੱਲ੍ਹੇ ਦਰਸ਼ਨ ਦੀਦਾਰ ਹੋ ਗਏ, ਅਤੇ ਚਲੋ ਇਹ ਅਸੀਂ ਤਾਂ ਚਾਹੁੰਦੇ ਹਾਂ ਵੀ ਹੋਰ ਖੁੱਲ੍ਹੇ ਹੋਣ,
ਅਸੀਂ ਤਾਂ ਕਹਿੰਦੇ ਬਾਰਡਰ ਹੋਵੇ ਹੀ ਨਾ, ਟਿਕਟ ਲਈਏ ਤਾਂ ਲਾਹੌਰ ਜਾਈਏ, ਬਾਰਡਰ ਹੋਵੇ। ਬਾਬੇ ਨਾਨਕ ਦਾ ਹੀ ਸਿਧਾਂਤ ਸੀ ਮਨੁੱਖਤਾ, ਦਰਸ਼ਨ ਜਿਹੜੇ ਆ ਨਾ, ਇਹ 'ਚ ਵੀ ਸਾਡੇ ਵਰਗੇ ਬੁੱਢੇ ਬੰਦੇ ਜਿਹੜੇ ਨਾ ਉਹ ਬੜੇ ਪਜਲ ਹੋ ਜਾਂਦੇ ਆ, ਉੱਥੇ ਚੱਕ ਕਰਾ, ਉੱਥੇ ਚੈੱਕ ਕਰਾ, ਇੱਥੇ ਚੈੱਕ ਕਰਾ, ਪਰ ਉਹ ਸਰਕਾਰ ਦੀ ਮਜਬੂਰੀ ਹੈ, ਅਸੀਂ ਚਾਹੁੰਦੇ ਹਾਂ ਇਹ ਮਜਬੂਰੀਆਂ ਹਟ ਜਾਣ। ਕਿਸ ਤਰੀਕੇ ਮਹਿਸੂਸ ਕਰ ਰਹੇ ਹੋ? ਮੇਰਾ ਨਾਮ ਬਲਜਿੰਦਰ ਸਿੰਘ ਹੈ, ਮੈਂ ਬਾਲਟੀਮੋਰ USA ਤੋਂ ਆਇਆ ਗਾ, ਅਤੇ ਅੱਜ ਦੀ ਵਿਜ਼ਿਟ ਸਾਡੀ ਬਹੁਤ ਅੱਛੀ ਰਹੀ, ਉੱਥੇ ਜਾ ਕੇ ਮਨ ਖੁਸ਼ ਹੋ ਗਿਆ, ਸਾਨੂੰ ਬਹੁਤ ਪਿਆਰ ਮਿਲਿਆ ਪਾਕਿਸਤਾਨ ਦੇ ਆਵਾਮ ਵੱਲੋਂ, ਅਤੇ ਜਿਹੜੀ ਸਿੱਖ ਸੰਗਤ ਸੀ, ਨਾਨਕ ਨਾਮ ਲੇਵਾ ਸੰਗਤ ਸੀ, ਉਹਨਾਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ, ਅਤੇ ਇਹ ਕੋਰੀਡੋਰ ਖੁੱਲ੍ਹਿਆ ਹੈਗਾ, ਅਤੇ ਇਹ ਕੋਰੀਡੋਰ ਨੂੰ ਮੈਂ ਤਾਂ ਇਹ ਕਹਾਂਗਾ ਇਹ ਪੀਸ ਕੋਰੀਡੋਰ ਹੈ, ਇਹ ਅਮਨ ਹੋਏਗਾ ਦੋਨਾਂ ਦੇਸ਼ਾਂ ਦੇ ਵਿੱਚ, ਅਤੇ ਉਸ ਤੋਂ ਇਲਾਵਾ ਟ੍ਰੇਡ ਵੀ ਵਧੇਗਾ ਦੋਨਾਂ ਦੇਸ਼ਾਂ ਦੇ ਵਿੱਚ, ਦੋਨਾਂ ਕੰਟਰੀਆਂ ਲਈ ਬੈਟਰ ਹੈਗਾ। ਅਤੇ ਮੈਂ ਤਾਂ ਇਮਰਾਨ ਖਾਨ ਸਾਹਿਬ ਦਾ ਬਹੁਤ ਧੰਨਵਾਦ ਕਰਦਾ, ਅਤੇ ਮੋਦੀ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦਾ, ਦੋਨੋਂ ਗੌਰਮੈਂਟਸ ਦਾ, ਅਤੇ ਉਸ ਤੋਂ ਇਲਾਵਾ ਮੈਂ ਨਵਜੋਤ ਸਿੰਘ ਸਿੱਧੂ ਦਾ ਵੀ ਬਹੁਤ ਧੰਨਵਾਦ ਕਰਦਾ ਹੈਗਾ, ਜਿਨ੍ਹਾਂ ਦੇ ਉਹ ਜ਼ਰੀਆ ਬਣੇ ਸੀਗੇ ਆਪਣੀ ਦੋਸਤੀ ਦੇ ਕਾਰਨ ਇਮਰਾਨ ਖਾਨ ਸਾਹਿਬ ਦੇ ਨਾਲ। ਸੋ ਸਾਨੂੰ ਉਮੀਦ ਹੈ ਇਸ ਤਰ੍ਹਾਂ ਸੰਗਤ ਜਾਏਗੀ ਅਤੇ ਬਲੈਸਿੰਗਸ ਲੈ ਕੇ ਆਏਗੀ ਉੱਥੋਂ। ਸਰ ਤੁਹਾਨੂੰ ਕੀ ਲੱਗਦਾ ਜੀ ਕਿ ਇੱਕ ਇਤਿਹਾਸਿਕ ਪਲ ਦਾ ਤੁਸੀਂ ਹਿੱਸਾ ਬਣੇ ਹੋ ਜੀ, ਇੱਕ ਵੱਡੀ ਗੱਲ ਅਸੀਂ ਵੇਖਦੇ ਹਾਂ ਕਿ ਦੋਵਾਂ ਮੁਲਕਾਂ 'ਚ ਜਿਹੜੀ ਹੈ ਕੁੜੱਤਣ ਅਕਸਰ ਵੇਖਣ ਨੂੰ ਮਿਲਦੀ ਹੈ, ਲੱਗਦਾ ਹੈ ਕਿ ਗੁਰੂ ਨਾਨਕ ਦੇ ਨਾਂ 'ਤੇ ਕੜੱਕਣ ਜਿਹੜੀ ਹੈ ਹੁਣ ਦੂਰ ਹੋਣੀ ਸ਼ੁਰੂ ਹੋਈ ਹੈ ਅਤੇ ਹਾਲਾਤ ਜਿਹੜੇ ਨੇ ਸੁਖਾਵੇਂ ਹੋਣਗੇ? ਦੇਖੋ ਜੀ, ਅਸੀਂ ਬੜੇ ਭਾਗਾਂ ਵਾਲੇ ਹਾਂ ਕਿ ਸਾਡੇ ਇਸੇ ਲਾਈਫ ਸਪੈਨ ਦੇ ਅੰਦਰ ਸਾਨੂੰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਮੌਕਾ ਮਿਲਿਆ ਕਿ ਅਸੀਂ ਉਹ ਗੱਲ ਜਿਹੜੀ 70-75 ਸਾਲ ਦੀ ਸਾਨੂੰ ਵਿਛੋੜਿਆ ਗਿਆ ਸੀ, ਸਾਨੂੰ ਉਹ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈਗਾ, ਬੜੀ ਵੱਡੀ ਗੱਲ ਹੈਗੀ ਹੈ। ਇਸ ਦਾ ਜਿਹੜਾ ਇਹ ਬੜੀ ਵੱਡੀ ਓਪਰਚੁਨਿਟੀ ਹੈ ਸਾਡੇ ਦੋਵਾਂ ਦੇਸ਼ਾਂ ਵਾਸਤੇ, ਹਿੰਦੁਸਤਾਨ ਵਾਸਤੇ ਵੀ, ਪਾਕਿਸਤਾਨ ਵਾਸਤੇ ਵੀ, ਕਿ ਇਸ ਨੂੰ ਅਸੀਂ ਹੋਰ ਥੋੜ੍ਹਾ ਕਲਟੀਵੇਟ ਕਰੀਏ ਅਤੇ ਇਸਨੂੰ ਇਸ ਤੋਂ ਨੈਕਸਟ ਸਟੈਪ ਲੈ ਕੇ ਚੱਲੀਏ ਕਿ ਜਿੱਥੇ ਸਾਨੂੰ ਜਿਹੜੇ ਹੋਰ ਤੀਰਥ ਸਥਾਨਾਂ ਤੋਂ ਵਿਛੋੜਿਆ ਗਿਆ ਉਹਨੂੰ ਸਾਨੂੰ ਇਸ ਤਰ੍ਹਾਂ ਹੀ ਖੁੱਲ੍ਹੇ ਦਰਸ਼ਨ ਦੀਦਾਰ ਮਿਲਣ। ਅਤੇ ਇਹ ਤੁਹਾਡੀ ਬੜੀ ਕੀ ਕਹਿੰਦੇ ਹਿੰਮਤ ਹੈ ਕਿ ਤੁਸੀਂ ਇੰਨਾ ਕਵਰੇਜ ਕਰ ਰਹੇ ਹੈਗੇ ਸਾਰਿਆਂ ਵਾਸਤੇ, ਅਤੇ ਪਰਮਾਤਮਾ ਤੁਹਾਨੂੰ ਬਹੁਤ ਲੰਬੀ ਲੰਬੀ ਮਿਲ। ਬਹੁਤ ਜਿਹੜੀ ਹੈ ਇਤਿਹਾਸਿਕ ਪਲ ਹੈ ਹਰੇਕ ਦੇ ਲਈ, ਕਿਉਂਕਿ ਬੜੇ ਦਾਕਿਆਂ ਦੇ ਬਾਅਦ ਇਹ ਸਮਾਂ ਆਇਆ ਹੈ, ਕਿਉਂਕਿ ਹਰ ਵਾਰ ਅਰਦਾਸ ਵੀ ਹੁੰਦੀ ਸੀ ਡੇਰਾ ਬਾਬਾ ਨਾਨਕ ਦੇ ਉੱਤੇ, ਦੂਰਬੀਨ ਦੇ ਨਾਲ ਸੰਗਤ ਦਰਸ਼ਨ ਕਰਦੀ ਹੁੰਦੀ ਸੀ, ਅਤੇ ਹਰ ਵਾਰ ਹਰ ਸਾਲ ਅਰਦਾਸ ਹੁੰਦੀ ਸੀ ਕਿ ਇਹ ਲਾਂਘਾ ਜਿਹੜਾ ਹੈ ਇਹ ਬਣੇ, ਅਤੇ ਇਹ ਜਿਹੜੀ ਦੂਰੀ ਹੈ ਕੁਝ ਕਿਲੋਮੀਟਰ ਦੀ ਦੂਰੀ ਹੈ ਜਿਹੜੀ ਇਹ ਦੂਰ ਹੋਵੇ ਅਤੇ ਉਹ ਅਰਦਾਸ ਪ੍ਰਵਾਨ ਹੋਈ ਹੈ, ਅਤੇ ਉਸ ਦਾ ਹਿੱਸਾ ਬਣਨਾ ਇੱਕ ਖਾਸ ਗੱਲ ਹੈ ਆਪਣੇ ਆਪ ਦੇ ਵਿੱਚ। ਜਦੋਂ ਤੁਹਾਨੂੰ ਮੌਕਾ ਮਿਲਦਾ ਹੈ ਸਭ ਤੋਂ ਪਹਿਲਾਂ ਉਸ ਥਾਂ ਦੇ ਉੱਤੇ ਜਾਣ ਦਾ ਜਿਸਦਾ ਤੁਸੀਂ ਕਈ ਦਹਾਕਿਆਂ ਤੋਂ ਇੰਤਜ਼ਾਰ ਕਰ ਰਹੇ ਹੁੰਦੇ ਹੋ, ਸਰ ਤੁਹਾਡਾ ਕੀ ਨਾਂ ਹੈ ਅਤੇ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰੋ ਕਿ ਕਿਸ ਤਰੀਕੇ ਮਹਿਸੂਸ ਕੀਤਾ ਜਿੱਥੇ ਜਾ ਕੇ? ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਤੋਖ ਸਿੰਘ ਲਾਲੀ, ਇਟਲੀ ਤੋਂ, ਇਟਲੀ ਕਬੱਡੀ ਫੈਡਰੇਸ਼ਨ ਦਾ ਪ੍ਰੈਜੀਡੈਂਟ। ਜੋ ਅੱਜ ਗੁਰੂ ਨਾਨਕ ਸਾਹਿਬ ਦਾ ਕਿਰਪਾ ਹੋਈ ਆ ਦੋਹਾਂ ਮੁਲਕਾਂ 'ਤੇ, ਬਹੁਤ ਅੱਛਾ ਲੱਗਾ। ਲੇਕਿਨ ਜੋਕਰ ਮੈਂ ਜਦੋਂ ਕੋਰੀਡੋਰ ਦੇ ਅੰਦਰ ਗਿਆ ਇੰਡੀਆ ਵਾਲੀ ਸਾਈਡ ਤੋਂ, ਉੱਥੇ ਜਿਹੜੀ ਅੰਦਰ ਲੌਬੀ ਸੀ ਉਹਦੇ ਵਿੱਚ ਜੋ ਮੈਂ ਦੇਖਿਆ ਇੱਕ ਵੱਖਰਾ ਨਜ਼ਾਰਾ ਸੀ ਅੱਜ, ਕਿ ਉੱਥੇ ਸਾਡੇ ਜਿੰਨੇ ਵੀ ਪੋਲੀਟੀਕਲ ਲੋਕ ਨੇ ਉਹ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਅਪਣਾਉਂਦੇ, ਮੈਨੂੰ ਦੱਸੇ ਕਿ ਉਹ ਅਕਾਲੀ ਕਾਂਗਰਸੀਆਂ ਨੂੰ ਜੱਫੀ ਪਾਉਂਦੇ ਸੀ, ਅਤੇ ਜਿਹੜੇ ਕਾਂਗਰਸੀ ਸੀ ਉਹ ਆਮ ਵਾਲਿਆਂ ਨੂੰ, ਬਾਕੀ ਸਾਰਾ ਕੋਈ ਇਹੋ ਜਿਹਾ ਨਹੀਂ ਸੀ ਜਿਹੜੇ ਆਪਸ ਵਿੱਚ ਇੱਕ ਦੂਜੇ ਨੂੰ ਮਿਲਦੇ ਨਹੀਂ ਸੀ। ਮੈਂ ਆਪਣੀ ਟੋਟਲੀ ਪੰਜਾਬ ਦੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਜਿੱਦਾਂ ਉਹ ਅੰਦਰ ਮਿਲਦੇ ਸੀ ਉਹਨਾਂ 'ਤੇ ਕਿਰਪਾ ਹੋਈ ਹੈ, ਆਪਾਂ ਲੜੀਏ ਨਾ ਇਲੈਕਸ਼ਨਾਂ ਦੇ ਟਾਈਮ 'ਤੇ, ਆਪਾਂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਅਪਣਾਉਂਦੇ ਹੋਏ
ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ ਵਾਲੀ ਜਿਹੜੀ ਗੱਲ ਆ ਉਹਨੂੰ ਲੈ ਕੇ ਚੱਲੀਏ। ਔਰ ਮੈਂ ਇੱਕ ਹੋਰ ਜਿਹੜੀ ਮਹੱਤਵਪੂਰਨ ਗੱਲ ਕਹਿਣੀ ਚਾਹੁੰਦਾ ਕਿ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤਿਸ ਦੇ, ਜਿਹਨੂੰ ਵਡਿਆਈ ਮਿਲਣੀ ਸੀ ਉਹਨੂੰ ਗੁਰੂ ਨਾਨਕ ਸਾਹਿਬ ਨੇ ਵਡਿਆਈ ਦੇਤੀ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਆਪਣੀ ਸਾਰੀ ਲੀਡਰਸ਼ਿਪ ਨੂੰ, ਕਿਉਂਕਿ ਸਾਰਿਆਂ ਦਾ ਸਾਡੇ ਕੋਲ ਆਉਣਾ ਜਾਣਾ ਬਹੁਤ ਵਧੀਆ ਤਰੀਕੇ ਨਾਲ, ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ, ਕਿ ਜਿਹੜੀ ਵਡਿਆਈ ਮਿਲਣੀ ਸੀ ਉਹ ਗੁਰੂ ਨਾਨਕ ਸਾਹਿਬ ਦੇ ਹੱਥ 'ਚ ਆ, ਉਹ ਜਿਹਨੂੰ ਵਡਿਆਈ ਮਿਲਣੀ ਆ ਸਿੱਖਾਂ ਦੇ ਮਨਾਂ ਦੇ ਵਿੱਚ ਉਹ ਜਿਹੜੀ ਆ ਉਹ ਬੰਦੇ ਬੈਠ ਗਏ ਆ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਓ ਰਲ ਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਅਪਣਾਉਂਦੇ ਹੋਏ, ਅਸੀਂ ਚਾਹੁੰਦੇ ਹਾਂ ਜਿੱਦਾਂ ਅਸੀਂ ਯੂਰਪ ਦੇ ਵਿੱਚ ਰਹਿੰਦੇ ਹਾਂ, ਉਸੇ 32-33 ਮੁਲਕ ਆ ਜਿੱਥੇ ਕੋਈ ਬਾਰਡਰ ਨਹੀਂ ਹੈ, ਉੱਥੇ ਸਾਰਿਆਂ ਦਾ ਆਉਣ ਜਾਣ ਬਣਿਆ ਹੋਇਆ, ਜਦੋਂ ਮਰਜ਼ੀ ਤੁਸੀਂ ਗੱਡੀ 'ਚ 4-5 ਬੰਦੇ ਬੈਠੋ ਤੁਹਾਨੂੰ ਕੋਈ ਬਾਰਡਰ ਨਹੀਂ ਮਿਲਦਾ ਕਿਸੇ ਵੀ ਜਗ੍ਹਾ 'ਤੇ। ਔਰ ਇੱਕ ਦੂਜੇ ਨਾਲ ਬਿਜ਼ਨਸ ਜਿਹੜਾ ਹੈ ਉਹ ਬਹੁਤ ਜ਼ਿਆਦਾ ਟ੍ਰੇਡ ਉੱਥੇ ਹੋ ਰਿਹਾ। ਸੋ ਮੈਂ ਚਾਹੁੰਦਾ ਹਾਂ ਕਿ ਸਾਡਾ ਹਿੰਦੁਸਤਾਨ ਔਰ ਪਾਕਿਸਤਾਨ ਜਿਹੜਾ ਕਿ ਸਾਡੇ ਵਿੱਚੋਂ ਹੀ ਵਿਛੜਿਆ ਹੋਇਆ, ਬੇਸ਼ੱਕ ਇੱਥੇ ਸਰਹੱਦਾਂ ਬਣ ਗਈਆਂ, ਲੇਕਿਨ ਸਰਹੱਦਾਂ ਨੂੰ ਖੋਲ੍ਹਣਾ ਅੱਜ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਅਪਣਾਉਂਦੇ ਹੋਏ, ਆਲ ਵਰਲਡ ਦੇ ਵਿੱਚ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ, ਜੇ ਅੱਜ ਸ਼ਾਂਤੀ ਚਾਹੁੰਦੇ ਹਾਂ ਤਾਂ ਇਹਨੂੰ ਅਪਣਾਉਣਾ ਪਏਗਾ। ਔਰ ਮੈਂ ਬੜੇ ਫਖਰ ਨਾਲ ਕਹਿ ਸਕਦਾ ਕਿ ਇਟਲੀ ਦੇ ਵਿੱਚ ਜਾਂ ਯੂਰਪ ਦੇ ਵਿੱਚ ਜਿਹੜੀਆਂ ਉੱਥੇ ਦੇ ਜਿਹੜੇ ਪੋਲੀਟੀਕਲ ਲੋਕ ਹੈ, ਉੱਥੇ ਦੇ ਜਿਹੜੇ ਲੀਡਰ ਹੈ, ਉਹ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਅਪਣਾਉਣ ਲਈ ਸਾਡੇ ਹਮੇਸ਼ਾ ਹੀ ਸਾਡੇ ਗੁਰੂ ਘਰਾਂ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ। ਔਰ ਬਹੁਤ ਸਾਰੇ ਬੱਚੇ ਜਿਹੜੇ ਉੱਥੇ ਸਟੱਡੀ ਕਰਦੇ ਆ ਉਹ ਗੁਰਦੁਆਰਿਆਂ ਦੇ ਵਿੱਚ ਹਮੇਸ਼ਾ ਹੀ ਆ ਕੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਪੜ੍ਹਨ ਦੀ ਕੋਸ਼ਿਸ਼ ਕਰ ਰਹੇ ਆ। ਉਹ ਬਹੁਤ ਸਾਰੇ ਪ੍ਰੋਫੈਸਰ ਲੋਕ ਜਿਹੜੇ ਆ ਉਹ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਉੱਤੇ ਜਿਹੜਾ ਹੈਗਾ ਉਹ ਸਟੱਡੀ ਕਰਦੇ ਆ। ਇਸ ਕਰਕੇ ਮੈਂ ਸਾਰੀ ਸਿੱਖ ਜਗਤ ਨੂੰ ਫਿਰ ਲੱਖ ਲੱਖ ਵਧਾਈ ਦਿੰਦਾ ਕਿ ਅਸੀਂ 550 ਸਾਲ, ਇਹ ਨਹੀਂ ਕਿ ਅਸੀਂ ਲੰਗਰਾਂ ਦੇ ਨਾਲ ਹੀ ਮਨਾਈਏ ਜਾਂ ਹੋਰ ਕਿਸੇ ਦੇ ਨਾਲ, ਥੋੜ੍ਹਾ ਜਿਹਾ ਆਪਣੇ ਆਪ ਨੂੰ ਹੱਕ ਅਤੇ ਸੱਚ ਦੀ ਲੜਾਈ ਲੜਨ ਦੀ ਕੋਸ਼ਿਸ਼ ਕਰੀਏ ਔਰ ਕਿਰਤ ਕਮਾਈ ਜਿਹੜੀ ਆ ਉਹ ਰਿਖਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਬਹੁਤ ਸਾਰਾ ਅੱਗੇ ਜਾ ਸਕਦੇ ਹਾਂ। ਆਪਾਂ ਸਿੱਖ ਕੌਮ ਜਿਹੜੀ 2% ਹਿੰਦੁਸਤਾਨ ਦੇ ਵਿੱਚ ਹੁੰਦੀ ਹੋਈ ਅਤੇ ਆਪਾਂ ਵਰਲਡ ਦੇ ਵਿੱਚ ਇਸ ਵੇਲੇ ਬਹੁਤ ਜ਼ਿਆਦਾ ਮਤਲਬ ਵੱਧ ਫੁੱਲ ਰਹੇ ਹਾਂ। ਸੋ ਮੈਂ ਇਹ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਸਾਡੇ ਸਿਰਾਂ 'ਤੇ ਮਿਹਰ ਭਰਿਆ ਹੱਥ ਰੱਖੇ ਔਰ ਦੋਹਾਂ ਮੁਲਕਾਂ ਦੀ ਮੁਹੱਬਤ ਜਿਹੜੀ ਆ ਉਹਨੂੰ ਬਣਾ ਕੇ ਰੱਖੇ। ਇੰਨਾ ਕੁਛ ਹੀ ਕਹਿੰਦਾ ਹੋਇਆ ਖਿਮਾ ਦਾ ਜੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜੀ। ਜੋ ਬਿਲਕੁਲ ਖੁਆਇਸ਼ ਹਰ ਕਿਸੇ ਦੀ ਇਹੀ ਹੈ ਕਿ ਗੁਰੂ ਸਾਹਿਬ ਦੀ ਜੋ ਸਿੱਖਿਆਵਾਂ ਨੇ, ਗੁਰੂ ਸਾਹਿਬ ਦਾ ਜੋ ਸੰਦੇਸ਼ ਹੈ, ਮਨੁੱਖਤਾਵਾਦੀ ਜੋ ਸੰਦੇਸ਼ ਹੈ, ਬੰਦੇ ਨੂੰ ਬੰਦਾ ਸਮਝਣ ਦੀ ਜਿਹੜੀ ਸਮਝ ਗੁਰੂ ਨਾਨਕ ਸਾਹਿਬ ਸਾਡੇ ਅੰਦਰ ਪੈਦਾ ਕਰਨਾ ਚਾਹੁੰਦੇ ਸੀ ਆਪਣੀ ਬਾਣੀ ਜ਼ਰੀਏ, ਉਹਦੇ ਜ਼ਰੀਏ ਅਸੀਂ ਅੱਗੇ ਵਧੀਏ ਅਤੇ ਦੋਵਾਂ ਮੁਲਕਾਂ ਦੇ ਵਿੱਚ ਸੰਬੰਧ ਜਿਹੜੇ ਨੇ ਬਿਹਤਰ ਹੋਣ ਸਾਡਾ। ਹੋਰ ਕੁਝ ਸ਼ਰਧਾਲੂ ਮੋਦਨੇ ਸਾਹਿਬ, ਤੁਹਾਡਾ ਕੀ ਨਾਂ ਹੈ ਅਤੇ ਤੁਸੀਂ ਜਿੱਤ ਦੇ ਵਿੱਚ ਗਏ ਸੀ, ਕਿਸ ਤਰੀਕੇ ਮਹਿਸੂਸ ਕਰ ਰਹੇ ਹੋ, ਕਿਵੇਂ ਤੁਹਾਨੂੰ ਲੱਗਿਆ? ਸਾਨੂੰ ਜੀ ਬਹੁਤ ਵਧੀਆ ਲੱਗਿਆ ਜੋ ਉਹਨਾਂ ਨੇ ਇੱਧਰੋਂ, ਅਸੀਂ ਕੋਰੀਡੋਰ 'ਚੋਂ ਗਏ ਹਾਂ ਜਦੋਂ ਪਾਕਿਸਤਾਨ ਦੇ ਇੰਟਰ ਹੋਏ ਹਾਂ, ਕਿ ਸਾਨੂੰ ਉਹਨਾਂ ਨੇ ਬਹੁਤ ਮਾਣਤ ਬਖਸ਼ਿਆ। ਬਾਕੀ ਜੋ ਉਹਨਾਂ 10 ਮਹੀਨਿਆਂ 'ਚ ਜਿਹੜਾ ਕੰਮ ਕੀਤਾ ਉਸ ਬਿਲਡਿੰਗ ਦਾ ਔਰ ਗੁਰੂ ਅਸਥਾਨ ਦਾ, ਬਹੁਤ ਵਧੀਆ ਕੀਤਾ। ਅਸੀਂ ਇਮਰਾਨ ਖਾਨ ਦੇ ਵੀ ਅਤੇ ਮੋਦੀ ਸਾਹਿਬ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਰਸਤਾ ਖੋਲ੍ਹ ਕੇ ਸਾਡਾ ਸਿੱਧੂ ਸਾਹਿਬ ਦੇ ਜ਼ਰੀਏ ਕੰਮ ਬਣਿਆ, ਅਤੇ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਔਰ ਇਮਰਾਨ ਖਾਨ ਅਤੇ ਮੋਦੀ ਸਾਹਿਬ ਦੇ ਵੀ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਲਗਾਤਾਰ ਅਸੀਂ ਉਹਨਾਂ ਉਸ ਜੱਥੇ ਦੇ ਵਿੱਚ ਸ਼ਾਮਿਲ ਸ਼ਰਧਾਲੂ ਨੇ ਜੋ ਕਿ ਪਹਿਲਾ ਜੱਥਾ ਸੀ ਦਰਬਾਰ ਸਾਹਿਬ ਦਰਸ਼ਨ ਕਰਕੇ ਆਇਆ ਹੈ, ਆਪਣੇ ਤਜ਼ਰਬੇ ਉਹਨਾਂ ਨੇ ਸਾਡਾ ਸਾਂਝੇ ਕੀਤੇ ਨੇ। ਸਭ ਦਾ ਧੰਨਵਾਦ ਉਹ ਕਰ ਰਹੇ ਨੇ ਜਿਸ ਜਿਸ ਦੀ ਵੀ ਸ਼ਮੂਲੀਅਤ ਇਸ ਲਾਂਘੇ ਨੂੰ ਖਲਾਉਣ ਦੇ ਵਿੱਚ ਰਹੀ ਹੈ, ਉਹ ਫਿਰ ਭਾਵੇਂ ਭਾਰਤ ਦੀ ਸਰਕਾਰ ਹੋਵੇ, ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਸਰਕਾਰ ਹੋਵੇ, ਜਾਂ ਫਿਰ ਨਵਜੋਤ ਸਿੰਘ ਸਿੱਧੂ ਦੀ ਜੋ ਭੂਮਿਕਾ ਇਸ ਦੇ ਵਿੱਚ ਰਹੀ ਹੋਵੇ, ਹਰ ਕਿਸੇ ਦੇ ਵੱਲੋਂ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ
ਇਹ ਵੀ ਮੰਨਿਆ ਜਾ ਰਿਹਾ ਕਿ ਇਸ ਨਾਲ ਨਾ ਸਿਰਫ ਜੋ ਉਸ ਇਲਾਕੇ ਦੇ ਲੋਕ ਨੇ, ਬਾਰਡਰ ਖਿੱਤੇ ਦੇ ਜੋ ਲੋਕ ਨੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਏਗਾ, ਬਲਕਿ ਦੋਵਾਂ ਮੁਲਕਾਂ ਦੇ ਵਿਚਾਲੇ ਵੀ ਜਿਹੜੇ ਸੰਬੰਧ ਨੇ ਉਹ ਇਸ ਦੀ ਵਜ੍ਹਾ ਕਰਕੇ ਹੋਰ ਬਿਹਤਰ ਹੋਣਗੇ, ਅਤੇ ਇਹੀ ਉਮੀਦ ਜਿਹੜੀ ਹੈ ਹਰ ਸਿੱਖ ਦੇ ਵੱਲੋਂ, ਹਰ ਨਾਨਕ ਨਾਮ ਲੇਵਾ ਦੇ ਵੱਲੋਂ ਕੀਤੀ ਜਾ ਰਹੀ ਹੈ। ਕੁਲਵਿੰਦਰ ਸਿੰਘ, ਜਸ ਪੰਜਾਬੀ।